ਇਸ ਤੋਂ ਪਹਿਲੇ ਤਾਂ ਅਸੀਂ ਬੱਚੇ ਨਹੀਂ ਸੰਭਾਲਦੇ ਪਏ, ਗਾਏ ਦਾ ਕੰਮ ਕਰ ਰਹੇ ਹਾਂ, ਮੱਝਾਂ ਦਾ ਕੰਮ ਕਰ ਰਹੇ ਹਾਂ। ਉਹ ਫਿਰ ਮੁਲਾਜ਼ਮੀਨ ਦੇ ਵਜ੍ਹਾ ਤੋਂ ਆ ਕੇ ਜ਼ਿਆਦਾ ਚਾਹੀਦੇ ਹੁੰਦੇ ਹਨ ਉਹ, ਅਤੇ ਫਿਰ ਅਸੀਂ ਇੱਧਰ ਆ ਗਏ। ਇਹ ਮੁਨਾਫਿਕ ਬਖਸ਼ ਕੰਮ ਹੈ, ਇਹ ਬਹੁਤ ਅੱਛਾ ਕੰਮ ਹੈ, ਅਲਹਮਦੁਲਿਲਾ ਫਾਇਦਾ ਹੋਏਗਾ। 10 ਤੋਂ 12 ਹਜ਼ਾਰ ਰੁਪਇਆ ਫੀ ਜਾਨਵਰ ਬਚੇਗਾ ਇਨਸ਼ਾਅੱਲਾ। ਕਈ ਲੋਕ ਨਾ ਟੀਕੇ ਲਾ ਦਿੰਦੇ ਨੇ, ਉਹ ਫਿਰ ਗੋਸ਼ਤ ਖਾਣ ਵਾਲਾ ਨਹੀਂ ਰਹਿੰਦਾ, ਉਹ ਮਜ਼ਾ ਨਹੀਂ ਆਉਂਦਾ। ਉਹ ਆਪਣੇ ਖਾਣ ਵਾਲਿਆਂ ਨਾਲ ਵੀ, ਆਪਣੇ ਮੁਲਕ ਨਾਲ ਵੀ ਉਹ ਅੱਛਾ ਨਹੀਂ। ਨਹੀਂ ਤਾਂ ਤੇਲ ਹੈ ਜਦੋਂ ਜਦੋਂ ਮਰਜ਼ੀ ਦੇ ਲਓ ਠੀਕ ਹੈ, ਲੇਕਿਨ ਸਰਦੀ ਦਾ ਮੌਸਮ ਜਦੋਂ ਬਹੁਤਾ ਆਏ ਉਦੋਂ ਨਾ ਦਿਓ, ਅਤੇ ਬਾਕੀ ਜਿਹੜਾ ਵੀ ਹੈ ਬਹਾਰ ਦਾ ਮੌਸਮ ਦੇ ਸਕਦੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਸਰ, ਕੀ ਹਾਲ ਹੈ ਜੀ? ਅਲਹਮਦੁਲਿਲਾ। ਜਨਾਬ ਦਾ ਕੀ ਨਾਮ ਹੈ? ਮੇਰਾ ਨਾਮ ਮੁਹੰਮਦ ਰਫੀਕ ਹੈ, ਲੇਕਿਨ ਮੈਨੂੰ ਭਾਅ ਰਫੀਕ ਕਹਿੰਦੇ। ਸਰ, ਤੁਸੀਂ ਕਿੰਨੇ ਅਰਸੇ ਤੋਂ ਬੱਚਿਆਂ ਨੂੰ ਪਾਲਣ ਦਾ ਕੰਮ ਕਰਦੇ ਹੋ ਪਏ? ਇਸ ਤੋਂ ਪਹਿਲੇ ਤਾਂ ਅਸੀਂ ਬੱਚੇ ਨਹੀਂ ਸੰਭਾਲਦੇ ਪਏ, ਗਾਏ ਦਾ ਕੰਮ ਕਰ ਰਹੇ ਹਾਂ, ਮੱਝਾਂ ਦਾ ਕੰਮ ਕਰ ਰਹੇ ਹਾਂ। ਉਹ ਫਿਰ ਮੁਲਾਜ਼ਮੀਨ ਦੇ ਵਜ੍ਹਾ ਤੋਂ ਆ ਕੇ ਜ਼ਿਆਦਾ ਚਾਹੀਦੇ ਹੁੰਦੇ ਹਨ ਉਹ, ਅਤੇ ਫਿਰ ਅਸੀਂ ਇੱਧਰ ਆ ਗਏ। ਇਹ ਮੁਨਾਫਿਕ ਬਖਸ਼ ਕੰਮ ਹੈ, ਇਹ ਬਹੁਤ ਅੱਛਾ ਕੰਮ ਹੈ ਜੀ। ਅਤੇ ਉਹ ਕੀ ਵਜ੍ਹਾ ਬਣੀ, ਗਾਵਾਂ ਅਤੇ ਮੱਝਾਂ ਦਾ ਕੰਮ ਕਿਉਂ ਛੱਡਿਆ ਅਤੇ ਇਹ ਵਾਲਾ ਕੰਮ ਕਿਉਂ ਸ਼ੁਰੂ ਕੀਤਾ? ਉਹਨਾਂ ਵਿੱਚ ਜ਼ਿਆਦਾ ਬੰਦਿਆਂ ਦੀ ਜ਼ਰੂਰਤ ਸੀ, ਜਿਹੜੇ ਕਿ ਮੁਲਾਜ਼ਮ ਨਹੀਂ ਹਨ, ਲੱਭਦੇ ਇੰਨੇ ਜ਼ਿਆਦਾ, ਇਹਨਾਂ ਵਾਸਤੇ ਨਹੀਂ ਕੋਈ ਇੰਨੀ ਜ਼ਰੂਰਤ। ਯਾਨੀ ਕਿ ਇਹਲੇ ਕੰਮ 'ਚ ਲੇਬਰ ਕੰਮ ਦਰਕਾਰ ਹੁੰਦੀ ਹੈ। ਅਤੇ ਮਾਸ਼ਾਅੱਲਾ, ਇਸ ਤੋਂ ਪਹਿਲੇ ਕਿੰਨੇ ਕੋਈ ਫਲਾਕ ਸੇਲ ਕੀਤੇ ਜੇ, ਕਿੰਨੇ ਜਾਨਵਰ ਸੇਲ ਕੀਤੇ ਜੇ? ਇਸ ਤੋਂ ਪਹਿਲੇ ਅਸੀਂ ਇੱਕ ਫਲਾਕ ਛੋਟਾ ਜਿਹਾ ਕੀਤਾ ਸੀ ਸੇਲ, ਤਾਂ ਉਹ ਅਸੀਂ ਇੱਥੇ ਦੇ ਦੂ ਲਏ ਹਨ। ਹੁਣ ਜਿਹੜੇ ਇਹ ਲਿਆਉਂਦੇ ਨੇ, ਇਹ ਇਨਸ਼ਾਅੱਲਾ ਅਸੀਂ ਇਕੱਠੇ ਸੇਲ ਕਰਨ ਲੱਗੇ। ਇਹ ਕਿਹੜੀ ਜਗ੍ਹਾ ਸੇਲ ਕਰਨੇ? ਲਾਹੌਰ ਕਰਾਂਗੇ। ਇਹ ਤਿਆਰ ਨੇ ਇਸ ਟਾਈਮ? ਇਹ ਤਿਆਰ ਨੇ। ਅਤੇ ਉਹ ਜਿਹੜਾ ਪਹਿਲਾ ਫਲਾਕ ਤੁਸੀਂ ਸੇਲ ਕੀਤਾ, ਉਹ ਕਿੰਨੇ ਜਾਨਵਰਾਂ ਦਾ ਸੇਲ ਕੀਤਾ, ਕਿੰਨੇ ਮਹੀਨੇ ਰੱਖਿਆ ਸੀ, ਅਤੇ ਉਹਨਾਂ ਤੋਂ ਕੀ ਕੋਈ ਬੱਚਤ ਆਈ ਸੀ? ਉਹ ਅਸੀਂ ਥੋੜ੍ਹੀ ਜ਼ਿਆਦਾ ਦੇਰ ਵੀ ਰੱਖ ਬੈਠੇ ਹਾਂ, 15 ਤੋਂ 16 ਜਾਨਵਰ ਹਨ। ਉਹ ਕੁਝ ਫਾਰਮ ਦਾ ਵੀ ਥੋੜ੍ਹਾ ਬਹੁਤਾ ਮੁਰੰਮਤ ਦਾ ਕੰਮ ਸੀ, ਉਹਦੀ ਵਜ੍ਹਾ ਨਾਲ ਕਰਕੇ ਕੋਈ ਉਹਨਾਂ ਦਾ ਇੰਨਾ ਫਾਇਦਾ ਨਹੀਂ ਹੋ ਸਕਿਆ। ਅਤੇ ਇਸ ਟਾਈਮ ਜਿਹੜੇ ਜਾਨਵਰ ਤੁਹਾਡੇ ਤਿਆਰ ਨੇ, ਕੀ ਸਮਝਦੇ ਹੋ ਕਿ ਇਸ ਦਫ਼ਾ ਫਾਇਦਾ ਹੋਏਗਾ? ਅਲਹਮਦੁਲਿਲਾ ਫਾਇਦਾ ਹੋਏਗਾ, 10 ਤੋਂ 12 ਹਜ਼ਾਰ ਰੁਪਇਆ ਫੀ ਜਾਨਵਰ ਬਚੇਗਾ ਇਨਸ਼ਾਅੱਲਾ। ਮਾਸ਼ਾਅੱਲਾ। ਅਤੇ ਕਿੰਨੇ ਜਾਨਵਰ ਇਸ ਟਾਈਮ ਸੇਲ ਵਾਲੇ ਨੇ? ਇਸ ਟਾਈਮ ਸਾਡੇ ਕੋਲ 20, ਬਾਕੀ ਅਸੀਂ ਉਹ ਦੂਸਰੇ ਕੱਢ ਲਏ ਨੇ ਈਦ ਵਾਸਤੇ। ਈਦ ਵਾਸਤੇ ਇਹ ਕਿੰਨੇ ਜਾਨਵਰ ਕੱਢੇ ਜੇ? ਤਕਰੀਬਨ 8 ਕੁ ਹੈ 10। 20 ਹੈ ਅਤੇ 8 ਉਹ, ਯਾਨੀ ਕਿ ਉਹ ਤੁਸੀਂ ਈਦ ਉੱਤੇ ਸੇਲ ਕਰੋਗੇ? ਸੇਲ ਕਰਾਂਗੇ। ਅਤੇ ਸਰ, ਇਹ ਦੱਸੋ ਤੁਸੀਂ ਇਹ ਜਿਹੜੇ ਜਾਨਵਰ ਨੇ ਕਿਸ ਇਲਾਕੇ 'ਚੋਂ ਖਰੀਦਦੇ ਹੋ? ਇਹ ਅਸੀਂ ਮੁਲਤਾਨ ਮੰਡੀ 'ਚੋਂ ਖਰੀਦੇ ਨੇ ਸਾਰੇ। ਸਾਰੇ ਆਪਣੀ ਖਰੀਦਦਾਰੀ ਦੇ ਮੁਤਲਕ ਦੱਸੋ, ਜਦੋਂ ਮੰਡੀ 'ਚ ਜਾਨਵਰ ਲੈਣ ਜਾਂਦੇ ਹੋ, ਕਿਹੜੀਆਂ ਚੀਜ਼ਾਂ ਜਾਨਵਰ ਦੀਆਂ ਵੇਖਦੇ ਹੋ, ਕਿਹੜੀਆਂ ਗੱਲਾਂ ਦਾ ਹਿਆਰ ਰੱਖਦੇ ਹੋ, ਅਤੇ ਫਿਰ ਜਾਨਵਰ ਲੈਂਦੇ ਹੋ? ਦੇਖੋ, ਜਾਨਵਰ ਸੋਹਣਾ ਵੀ ਹੋਣਾ ਚਾਹੀਦਾ, ਉਹਦੇ ਹੱਡ ਪੈਰ ਨੇ ਜਿਹੜੇ ਤੰਦਰੁਸਤ ਹੋਏ, ਹੱਡ ਪੈਰ ਲੰਮੇ ਹੋਣੇ ਚਾਹੀਦੇ ਨੇ, ਅਤੇ ਦੇਸੀ ਕਰਾਸ ਹੋਏ, ਅਤੇ ਫਿਰ ਇਨਸ਼ਾਅੱਲਾ ਇਹਨਾਂ ਨੂੰ ਜਿਉਂ ਜਿਉਂ ਤੁਸੀਂ ਫੀਲਡ ਪਾਓਗੇ, ਜਿਉਂ ਜਿਉਂ ਇਹ ਕੰਮ ਕਰੋਗੇ, ਅਤੇ ਇਹ ਇਨਸ਼ਾਅੱਲਾ 3 ਮਹੀਨੇ 'ਚ ਤੁਹਾਨੂੰ ਨਾ ਫਾਇਦਾ ਦੇ ਦੇਣਗੇ। ਜਿਹੜੇ ਕਰਾਸ ਬੱਚੇ ਨੇ ਉਹਨਾਂ ਨੂੰ ਤਰਜੀਹ ਕਿਉਂ ਦਿੰਦੇ ਹੋ? ਤੁਸੀਂ ਜਿਹੜੇ ਪਿਓਰ ਸਾਹੀਵਾਲ ਹੋ ਗਏ ਜਾਂ ਚੁਲਸਤਾਨੀ ਹੋ ਗਏ, ਉਹ ਘੱਟ ਕਿਉਂ ਖਰੀਦਦੇ ਹੋ? ਉਹ ਇਸ ਵਾਸਤੇ ਕਿ ਉਹ ਨਾ ਕੁਰਬਾਨੀ ਵਾਸਤੇ ਹੁੰਦੇ ਨੇ, ਇਹ ਜਿਹੜਾ ਗੋਸ਼ਤ ਵਾਸਤੇ ਹੁੰਦੇ ਨੇ, ਇਹ ਅੱਛੇ ਰਹਿੰਦੇ ਨੇ। ਯਾਨੀ ਇਹ ਕਾਟੂ ਮਾਲ ਹੁੰਦਾ, ਉਹਨੂੰ ਤਿਆਰ ਕਰਦੇ ਹੋ? ਅੱਛਾ, ਰਫੀਕ ਸਾਹਿਬ, ਇਹ ਦੱਸੋ ਜਦੋਂ ਮੰਡੀ 'ਚ ਜਾਨਵਰ ਲੈਂਦੇ ਹੋ, ਉਹਦਾ ਵਜ਼ਨ ਕਰਕੇ ਲੈਂਦੇ ਹੋ ਜਾਂ ਕਿ ਖੁਦ ਹੀ ਅੰਦਾਜ਼ਾ ਲਾ ਲੈਂਦੇ ਹੋ ਉਹਦਾ ਕਿੰਨਾ ਵਜ਼ਨ ਹੈ? ਜੇ ਤਾਂ ਇਸ ਤਰ੍ਹਾਂ ਹੀ ਸੌਦਾ ਕਰੀਏ ਕਿਸੇ ਨਾਲ, ਫਿਰ ਤਾਂ ਅੰਦਾਜ਼ਾ ਹੀ ਲਾ ਲਈਦਾ, ਨਹੀਂ ਤਾਂ ਵਰਨਾ ਕੰਡੇ 'ਤੇ ਝਾੜ ਕੇ ਲੈ ਲਈਦਾ। ਅਤੇ ਬਿਹਤਰ ਕਿਹੜਾ, ਖੁਦ ਹੀ ਅੰਦਾਜ਼ਾ ਲਾਉਣਾ ਜਾਂ ਕੰਡੇ 'ਤੇ ਉਹਨੂੰ? ਅੰਦਾਜ਼ੇ ਵਾਲਾ ਤਾਂ ਕੰਮ ਇਹ ਹੀ ਹੁੰਦਾ, ਜਾਂ ਤਾਂ ਉਹ ਸਸਤਾ ਪੈ ਜਾਂਦਾ ਅਤੇ ਜਾਂ ਫਿਰ ਥੋੜ੍ਹਾ ਮਹਿੰਗਾ ਪੈ ਜਾਂਦਾ। ਕੰਡੇ ਵਾਲਾ ਤਾਂ ਪਤਾ ਲੱਗ ਜਾਂਦਾ ਉਸੇ ਵੇਲੇ। ਅਤੇ ਕੀ ਰੇਟ ਹੁੰਦਾ ਕੰਡੇ ਦਾ? ਤਕਰੀਬਨ 190 ਰੁਪਏ, 200 ਰੁਪਏ, 180 ਰੁਪਏ। ਯਾਨੀ ਕੋਈ 5-10 ਉੱਤੇ ਥੱਲੇ ਹੁੰਦੇ ਰਹਿੰਦੇ ਨੇ? ਹੁੰਦੇ ਰਹਿੰਦੇ। ਹੁਣ ਵੀ ਅਸੀਂ ਇਹ ਕਹਿੰਦੇ ਹਾਂ ਕਿ ਹੁਣ ਵੀ ਸਾਡੇ ਕੋਲ ਕੋਈ ਲੈਣਾ ਚਾਹੇ, ਤੋਲ ਕੇ ਲੈ ਵੀ ਸਕਦਾ, ਸਾਨੂੰ ਦੇਣਾ ਚਾਹੇ ਦੇ ਵੀ ਸਕਦਾ। ਅੱਛਾ, ਟੈਲੀਫੋਨ ਨੰਬਰ ਸਾਡਾ ਨੋਟ ਕਰ ਲਓ, 0300-611-2091। ਦੂਸਰਾ ਭਾਈ ਉਹਨਾਂ ਦਾ ਨੰਬਰ ਹੈ, ਉਹ ਤੁਹਾਨੂੰ ਪਹਿਲੇ ਦੇ ਦਿੱਤਾ, ਉਹ ਵੀ ਚਾੜ ਦਿਓ। ਇਨਸ਼ਾਅੱਲਾ ਜਿੰਨੇ ਵੀ ਹੋਣਗੇ, ਕਿਸੇ ਕੋਲ 50 ਹੋਵੇ, 100 ਹੋਏ, 70 ਹੋਣ, 30 ਹੋਣ, ਅਸੀਂ ਇਨਸ਼ਾਅੱਲਾ ਖਰੀਦ ਵੀ ਲਾਂਗੇ।
ਤੇ ਸਰ ਜਦੋਂ ਤੁਸੀਂ ਮੰਡੀ ਚ ਜਾਨਵਰ ਲੈ ਕੇ ਆਪਣੇ ਫਾਰਮ ਤੇ ਆਉਂਦੇ ਹੋ, ਫਿਰ ਤੁਹਾਡਾ ਪਹਿਲਾ ਸਟੈਪ ਕੀ ਹੁੰਦਾ? ਇਹਨਾਂ ਦਾ ਕੁਛ ਜਾਨਵਰ ਜਦੋਂ ਦੂਸਰੇ ਇਲਾਕੇ ਚੋਂ ਕਿਸੇ ਦੂਸਰੇ ਇਲਾਕੇ ਚ ਜਾਂਦੇ ਨੇ ਤੇ ਉਹਨਾਂ ਨੂੰ ਪਾਣੀ ਲਾਗ ਦਾ ਵੀ ਮਸਲਾ ਹੁੰਦਾ? ਬਿਲਕੁਲ ਹੁੰਦਾ। ਤੇ ਫਿਰ ਤੁਸੀਂ ਕੀ ਕੋਈ ਹਥਿਆਤੀ ਤਦਾਬੀਰ ਕਰਦੇ ਹੋ? 2-3-4 ਦਿਨ ਤੋਂ ਬਾਅਦ ਨਾ ਰੈਸਟ ਦੇਈਦਾ, ਉਸ ਤੋਂ ਬਾਅਦ ਉਹਨਾਂ ਨੂੰ ਪੇਟ ਸਫਾਈ ਦੀ ਯਾਨੀ ਕਿ ਉਹਨਾਂ ਨੂੰ ਖੁਰਾਕ ਦੇ ਦੇਈਦਾ ਤਾਂ ਕਿ ਉਹਨਾਂ ਦਾ ਪੇਟ ਸਾਫ਼ ਹੋਈਏ, ਤੇ ਉਸ ਤੋਂ ਬਾਅਦ ਅਲਹਮਦੁਲਿਲਾ ਉਹਨਾਂ ਦੀ ਸ਼ੁਰੂ ਕਰ ਦੇਈਦਾ। ਪੇਟ ਸਾਫ਼ ਕਰਨ ਵਾਸਤੇ ਕੋਈ ਕੀੜੇ ਮਾਰ ਦਵਾਈ ਹੁੰਦੀ ਹੈ? ਜੀ, ਦਵਾਈ ਉਹ ਖੁਦ ਕਰਦੇ ਹੋ ਡੀਵਰਮਿੰਗ ਕੀ ਜਾਂ ਕੋਈ ਡਾਕਟਰ ਬੁਲਾਉਂਦੇ ਹੋ? ਵੀ ਕਰ ਲਈਦਾ, ਇਹਦੇ ਡਾਕਟਰ ਵੀ ਬੁਲਾ ਲਈਦੇ। ਤੇ ਤੁਸੀਂ ਇਹਨਾਂ ਨੂੰ ਕਿੰਨੇ ਮਹੀਨੇ ਰੱਖਦੇ ਹੋ? 3 ਮਹੀਨੇ। 3 ਮਹੀਨੇ ਚ ਕਿੰਨੀ ਦਫਾ ਉਹਨਾਂ ਦੀ ਡੀਵਰਮਿੰਗ ਹੁੰਦੀ ਹੈ? 1 ਦਫਾ ਹੀ। ਤੇ ਇਸ ਤੋਂ ਇਲਾਵਾ ਜਿਹੜੀ ਵੈਕਸੀਨੇਸ਼ਨ ਹੈ ਉਹ ਹੋ ਜਾਂਦੀ ਹੈ ਅਗਲੇ ਹਫ਼ਤੇ। ਅੱਛਾ, ਉਹ ਵੀ 1 ਦਫਾ ਹੀ? ਤੇ ਉਹ ਡਾਕਟਰ ਸਾਹਿਬ ਹੀ ਕਰਦੇ ਨੇ? ਡਾਕਟਰ ਸਾਹਿਬ ਨਾ ਵੀ ਡਾਕਟਰ ਆਏ ਤਾਂ ਵੀ ਹੋ ਜਾਂਦੀ। ਤੇ ਸਰ ਇਹਨਾਂ ਦੀ ਜਿਹੜੀ ਤਿਆਰੀ ਹੈ, ਚੰਗੀ ਤਿਆਰੀ ਕਿੰਜ ਮੁਮਕਨ ਹੈ? ਇਹਨਾਂ ਨੂੰ ਕੀ ਖਿਲਾਈਏ ਪਿਲਾਈਏ? ਇਹਨਾਂ ਦੀ ਖੁਰਾਕ ਕਿਸ ਕਿਸਮ ਦੀ ਹੋਏ ਤੇ ਜਾਨਵਰ ਚੰਗੇ ਤਿਆਰ ਹੁੰਦੇ ਨੇ? ਦੇਖੋ ਜੀ, ਇਹਨਾਂ ਦੇ ਖਿਆਲ ਰੱਖਣਾ ਚਾਹੀਦਾ ਪਾਣੀ ਦਾ, ਇਹਨਾਂ ਦੇ ਚਾਰੇ ਦਾ ਖਿਆਲ ਰੱਖਣਾ ਚਾਹੀਦਾ, ਇਹਨਾਂ ਦੇ ਥੱਲੇ ਸਫਾਈ ਦਾ ਖਿਆਲ ਰੱਖਣਾ ਚਾਹੀਦਾ। ਇਹ ਖੁਸ਼ ਬਸ਼ ਰਹਿਣ ਤਾਂ ਫਿਰ ਇਹ ਵਧੇ ਨੇ। ਖੁਰਾਕ ਇਹਨਾਂ ਦੀ ਪਾਓ, ਇਹਨਾਂ ਦੀ ਫੀਲਡ ਪਾਓ। ਇਹਨਾਂ ਨੂੰ ਇਹਨਾਂ ਦੀ ਜਿਹੜੀ ਖੁਰਾਕ ਹੈ, ਇਹਨਾਂ ਦੀ ਜਿਹੜੀ ਫੀਡ ਹੈ, ਉਹ ਕਿਹੜੀ ਇਸਤੇਮਾਲ ਕਰਦੇ ਹੋ? ਰੋਜ਼ਾਨਾ ਦੀ ਰੂਟੀਨ ਦੱਸੋ। ਉਹ ਇੱਕ ਯਾਨੀ ਕਿ ਥੋੜ੍ਹੇ ਤੋਂ ਸ਼ੁਰੂ ਕਰੀਦਾ 1/2 ਕਿਲੋ ਤੋਂ, ਫਿਰ ਰੋਜ਼ 1 ਟਾਈਮ ਦਾ ਕਿਲੋ ਤੋਂ ਵੀ ਰੇਸਾਂ 2 ਕਿਲੋ ਤੂੜੀ ਤੱਕ ਜਾਈਦਾ ਤੇ 3 ਮਹੀਨੇ ਪੂਰੇ ਹੋ ਜਾਂਦੇ। ਜਦੋਂ ਪਹਿਲੇ ਦਿਨ ਵੱਛਿਆ ਹੁੰਦਾ ਉਦੋਂ ਉਹਦੀ ਖੁਰਾਕ ਕਿੰਨੀ ਹੁੰਦੀ ਹੈ ਤੇ ਐਂਡ ਵਾਲੇ ਦਿਨ ਉਹਦੀ ਖੁਰਾਕ ਕਿੰਨੀ ਹੁੰਦੀ ਹੈ? ਯਾਨੀ ਕਿ ਪਹਿਲੇ ਆਉਂਦਾ ਜਦੋਂ ਉਹਦੀ 1/2 ਕਿਲੋ ਹੁੰਦੀ ਹੈ। ਇਹ ਕੀ ਵੰਡਾ? ਹਾਂ, ਵੰਡਾ। ਅੱਛਾ, ਤੇ ਤਕਰੀਬਨ 1 ਕਿਲੋ ਕੁ ਤੂੜੀ ਹੁੰਦੀ ਹੈ, 1/2 ਕਿਲੋ 2 ਟਾਈਮ। ਫਿਰ ਜਦੋਂ ਐਂਡ ਹੋ ਜਾਂਦਾ ਉਦੋਂ ਯਾਨੀ ਕਿ 2 ਕਿਲੋ ਤੂੜੀ 1 ਕਿਲੋ ਵੰਡਾ, ਸੁਬਾ 2 ਕਿਲੋ ਤੂੜੀ 1 ਕਿਲੋ ਵੰਡਾ ਸ਼ਾਮ। ਤੇ ਜਿਹੜਾ ਇਹ ਵੰਡਾ ਤੁਸੀਂ ਤੂੜੀ 'ਚ ਇਸਤੇਮਾਲ ਕਰਦੇ ਹੋ? ਤੂੜੀ 'ਚ ਇਸਤੇਮਾਲ। ਇਸ ਤੋਂ ਇਲਾਵਾ ਸਬਜ਼ ਚਾਰਾ ਕੋਈ ਸਟਾਲਾ ਵਗੈਰਾ ਨਹੀਂ ਖਿਲਾਉਂਦੇ? ਨਹੀਂ ਨਹੀਂ, ਬਿਲਕੁਲ ਨਹੀਂ ਖਿਲਾਉਂਦੇ। ਨਹੀਂ, ਕਦੇ ਕਿਸੇ ਲੈ ਜੇ ਕੋਈ ਹੋ ਜਾਏ ਤਾਂ, ਨਹੀਂ ਤਾਂ ਨਹੀਂ। ਅੱਛਾ, ਤੇ ਇਸ ਤੋਂ ਇਲਾਵਾ ਕੋਈ ਮਿਰਚ ਮਸਾਲਾ ਵੀ ਇਹਨਾਂ ਨੂੰ ਖਿਲਾਉਂਦੇ ਹੋ? ਮਿਰਚ ਮਸਾਲਾ ਖੁਦ ਤਿਆਰ ਕੀਤਾ ਹੈ? ਖੁਦ ਤਿਆਰ ਕਰਾਂਗੇ। ਕਿਹੜੀ ਕਿਹੜੀ ਚੀਜ਼ਾਂ ਦਾ ਤਿਆਰ ਕੀਤਾ? ਜਿਸ ਤਰ੍ਹਾਂ ਮਿਰਚ ਕਾਲੀ ਹੋ ਗਈ, ਕਿਸੇ ਵੇਲੇ ਹਰੀ ਮਿਰਚ ਵੀ ਪਾ ਲਈਦਾ, ਜਵੈਣ, ਤੁੰਮਾ, ਮੋਟੀ ਇਲਾਚੀ, ਇਸ ਤਰ੍ਹਾਂ ਕਰਦੇ। ਤੇ ਕਿੰਨੇ ਤੁਸੀਂ ਇਹਨੂੰ ਦਿਨ ਬਾਅਦ ਮਸਾਲਾ ਖਿਲਾਉਂਦੇ ਹੋ? ਇਹ ਤਾਂ ਤਕਰੀਬਨ ਅਸੀਂ 2 ਦਫਾ ਹੀ ਖਿਲਾਉਂਦੇ ਹਾਂ 3 ਮਹੀਨੇ 'ਚ, ਵੈਸੇ 3 ਦਫਾ ਹੋਣਾ ਚਾਹੀਦਾ। ਯਾਨੀ ਕਿ ਤਕਰੀਬਨ ਤੁਸੀਂ 1.5 ਮਹੀਨੇ ਬਾਅਦ ਖਿਲਾਉਂਦੇ ਹੋ? ਤੇ ਜਿਹੜੇ ਜਾਨਵਰ ਵੱਧਦੇ ਫੁੱਲਦੇ ਨਹੀਂ ਉਹਨਾਂ ਦਾ ਫਿਰ ਕੀ ਕਰਦੇ ਹੋ? ਉਹਦਾ ਤਾਂ ਇਹ ਕਿ ਜਿਹੜੇ ਨਹੀਂ ਵੱਧਦੇ ਫੁੱਲਦੇ ਉਹਨਾਂ ਨੂੰ ਵੈਸੇ ਨਾ ਉਸ ਵੇਲੇ ਸਾਈਡ 'ਤੇ ਕਰ ਲੈਣਾ ਚਾਹੀਦਾ, ਕਿਉਂਕਿ ਨਹੀਂ ਤਾਂ ਫਿਰ ਉਹ ਤੁਹਾਡੇ 'ਤੇ ਬੋਝ ਹੀ ਬਣਦਾ ਰਿਹਾ। ਉਸ ਵੇਲੇ ਸਾਈਡ 'ਤੇ ਕਰਕੇ ਉਹਨਾਂ ਨੂੰ ਸੇਲ ਕਰ ਦਿਓ? ਸੇਲ ਕਰ ਦਿਓ, ਤੁਹਾਡਾ ਖਾ ਕੇ ਵੀ ਉਹਨਾਂ ਉੱਥੇ ਹੀ ਰਹਿਣਾ। ਤੇ ਤੁਹਾਨੂੰ ਕਿੰਝ ਆਈਡੀਆ ਵੀ ਆਉਂਦਾ ਕਿ ਆ ਜਾਨਵਰ ਵੱਧਦਾ ਪਿਆ ਜਾਂ ਨਹੀਂ ਵੱਧਦਾ? 7-8 ਦਿਨ 10 ਦਿਨ ਬਾਅਦ ਪਤਾ ਚੱਲ ਜਾਂਦਾ। ਵਜ਼ਨ ਕਰਦੇ ਹੋ ਕਿ? ਹਾਂਜੀ, ਵਜ਼ਨ ਕਰੀਦਾ। ਕੰਡਾ ਰੱਖਿਆ? ਕੰਡਾ ਰੱਖਿਆ ਉਹ ਸਾਹਮਣੇ ਪਿਆ। ਤੇ ਇਸ ਤੋਂ ਇਲਾਵਾ ਤੁਸੀਂ ਜ਼ਿਕਰ ਕੀਤਾ ਵੰਡੇ ਦਾ ਵੀ, ਦੱਸਿਆ ਵੰਡਾ ਕਿਹੜੀ ਕੰਪਨੀ ਦਾ ਇਸਤੇਮਾਲ ਕਰਦੇ? ਮੈਕਸਿਮ ਦਾ ਕਰਨੇ। ਮੈਕਸਿਮ ਦਾ? ਹਾਂ। ਕੈਸਾ ਰਿਜ਼ਲਟ ਇਹਦਾ? ਬਹੁਤ ਅੱਛਾ ਹੈ। ਤੁਸੀਂ ਜਦੋਂ ਦਾ ਕੰਮ ਸ਼ੁਰੂ ਕੀਤਾ ਉਹੀ ਇਸਤੇਮਾਲ ਕੀਤਾ? ਪਹਿਲੇ ਹੋਰ ਵੀ ਕਰ ਕੀਤਾ ਸੀ, ਉਹਦਾ ਨਹੀਂ ਮਜ਼ਾ ਆਇਆ। ਅੱਛਾ, ਯਾਨੀ ਚੇਂਜ ਕੀਤਾ? ਹਾਂ, ਚੇਂਜ। ਇਹਦਾ ਰਿਜ਼ਲਟ ਅੱਛਾ ਜਾ ਰਿਹਾ? ਬਹੁਤ ਅੱਛਾ। ਇੱਕ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਹੋ ਜਾਂਦਾ ਜਾਂ 3 ਮਹੀਨਿਆਂ 'ਚ ਇੱਕ ਜਾਨਵਰ ਕਿੰਨਾ ਮਾਲਕ ਦਾ ਖਰਚਾ ਕਰਾਉਂਦਾ? 3 ਮਹੀਨਿਆਂ ਬਾਅਦ ਨਾ ਇੱਕ ਜਾਨਵਰ 15,000 ਰੁਪਇਆ ਖਰਚਾ ਕਰਦਾ। ਇੱਕ ਜਾਨਵਰ ਤਕਰੀਬਨ 160-165 ਰੁਪਏ ਰੋਜ਼ ਦੇ ਆਉਂਦੇ, ਲੇਕਿਨ ਵੈਸੇ 140-145 ਆਉਣਾ ਚਾਹੀਦਾ, ਉਸ ਤੋਂ ਵੱਧ ਨਹੀਂ ਆਉਣਾ ਚਾਹੀਦਾ। ਅੱਗੋਂ ਅਸੀਂ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ। ਅਤੇ ਫਿਰ ਕੀ ਵਜ੍ਹਾ ਕਿ ਖਰਚਾ ਕਿਉਂ ਜ਼ਿਆਦਾ ਹੁੰਦਾ? ਥੋੜ੍ਹਾ ਜਿਹਾ ਫਰਕ ਪੈ ਜਾਂਦਾ ਵੇ ਔਰ ਇਨਸ਼ਾਅੱਲਾ ਠੀਕ ਹੋ ਜਾਂਦਾ। ਯਾਨੀ ਅੱਗੋਂ ਤੁਸੀਂ ਖਰਚੇ ਨੂੰ ਕੰਟਰੋਲ ਕਰੋ? ਕੰਟਰੋਲ। ਅਤੇ ਕੀ ਤੁਸੀਂ ਕੋਈ ਹਿਕਮਤ ਅਮਲੀ ਬਣਾਈਏ ਤੁਸੀਂ ਖਰਚੇ ਨੂੰ ਕਿੰਝ ਕੰਟਰੋਲ ਕਰੋ? ਦੇਖੋ, ਖਰਚਾ ਕੰਟਰੋਲ ਕਰਨ ਵਾਸਤੇ ਤਾਂ ਇਹ ਹੁਣ ਸਰਦੀਆਂ ਗਰਮੀਆਂ 'ਚ ਥੋੜ੍ਹਾ ਜਿਹਾ ਫਰਕ ਪੈ ਜਾਂਦਾ, ਹੁਣ ਪਾਣੀ ਜਾਨਵਰ ਜ਼ਿਆਦਾ ਪੀਂਦਾ, ਅਗਰ ਉਹਨੂੰ ਵੇਸਣ ਵਾਲਾ ਦਿੱਤਾ ਜਾਏ ਜਿਸ ਤਰ੍ਹਾਂ ਵੀ, ਤਾਂ ਫਿਰ ਥੋੜ੍ਹਾ ਜਿਹਾ ਉਹਦੇ 'ਚ ਵੀ ਫਰਕ ਪੈ ਜਾਂਦਾ।
ਦੂਸਰੀ ਗੱਲ ਇਹਨਾਂ ਨੂੰ ਦਹੀਂ ਤੇਲ ਹਫ਼ਤੇ 15 ਦਿਨਾਂ ਬਾਅਦ ਦਿਓ, ਫਿਰ ਇਹਨਾਂ ਦਾ ਕਲਰ ਹੋਰ ਤਰੀਕੇ ਦਾ ਹੋ ਜਾਂਦਾ, ਚਮਕਾਂ ਵੀ ਖਹਿਜੇ ਵੱਜਦੀਆਂ ਪਈਆਂ, ਚਮਕਾਂ ਫਿਰ ਤਾਂ ਵੱਜਣ ਲੱਗ ਪੈਂਦੇ। ਕੋਈ ਥੋੜ੍ਹਾ ਜਿਹਾ ਇਹ ਵੀ ਹੈ ਕਿ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਇਸ ਚੀਜ਼ ਨੂੰ ਬੜਾ ਚੁੱਕਿਆ ਮਾਸ਼ਾਅੱਲਾ। ਇਹ ਸਾਡੇ ਕੋਲ ਨੇ ਪੱਟੀ ਸਾਹਿਬ ਨੇ, ਮਾਲਕ ਸਾਹਿਬ ਨੇ, ਅਬਦੁਲ ਮਾਲਕ, ਇਹਨਾਂ ਨੇ ਪੂਰੇ ਕੰਮ ਨੂੰ ਨਾ ਫਾਰਮ ਨੂੰ ਸਫਾਈ ਦੇ ਲਿਹਾਜ਼ ਨਾਲ ਵੀ, ਹਰ ਲਿਹਾਜ਼ ਨਾਲ ਇਹਨਾਂ ਦੋਨਾਂ ਬੰਦਿਆਂ ਨੇ ਫਾਰਮ ਨੂੰ ਮਜ਼ਾ ਦਿੱਤਾ, ਸਾਨੂੰ ਵੀ ਮਜ਼ਾ ਆਇਆ। ਸਾਡੇ ਸਰਪ੍ਰਸਤ ਨੇ ਜਿਹੜੇ ਮਤਲਬ ਹੈ ਕਿ ਮੁਹੰਮਦ ਇਕਬਾਲ ਸਾਹਿਬ ਕੈਪਟਨ ਸਾਹਿਬ ਨਾਲ ਮਰੂਫ ਯੂਕੇ ਵਾਲੇ, ਉਹਨਾਂ ਮਾਸ਼ਾਅੱਲਾ ਕੋਸ਼ਿਸ਼ ਕੀਤੀ ਹੈ ਕਿ ਹਰ ਮਾੜੇ ਬੰਦੇ ਦਾ ਵੀ ਚੁੱਲ੍ਹਾ ਚੱਲਦਾ ਰਹੇ, ਅਤੇ ਉਹ ਬਾਹਰ ਬਹਿ ਕੇ ਕੋਸ਼ਿਸ਼ ਕਰਦੇ ਨੇ। ਫਿਰ ਦੇਖੋ ਬਾਹਰ ਬਹਿਣ ਵਾਲਿਆਂ ਅੱਗੇ, ਸਾਰੇ ਅੱਗੇ ਮੈਂ ਇਹ ਹੀ ਕਰਾਂਗਾ ਦਰਖਾਸਤ ਕਿ ਇਹ ਜਿਹੜੇ ਇੱਥੋਂ ਵਾਲੇ ਲੋਕ ਨੇ ਉਹਨਾਂ ਦਾ ਵੀ ਖਿਆਲ ਰੱਖਿਆ ਜਾਏ, ਆਪਣੇ ਪਾਕਿਸਤਾਨ ਦੇ ਅੰਦਰ ਕਾਰੋਬਾਰ ਕੀਤਾ ਜਾਏ, ਪਾਕਿਸਤਾਨ ਦੇ ਅੰਦਰ ਬੈਠ ਕੇ ਅਤੇ ਪਾਕਿਸਤਾਨ ਤਰੱਕੀ ਕਰੇ। ਅਤੇ ਇਸ ਵਾਸਤੇ ਕਰਕੇ ਇਹ ਬੰਦਾ ਖੁੱਲ੍ਹੇ ਦਿਲ ਦਾ ਆਦਮੀ ਹੈ, ਇਹ ਨਾ ਬਾਹਰ ਬਹਿ ਕੇ ਸੋਚਿਆ ਪਾਕਿਸਤਾਨ ਦੇ ਬਾਰੇ 'ਚ। ਇਸ ਤਰ੍ਹਾਂ ਜਿਹੜੇ ਹੋਰ ਲੋਕ ਨੇ ਉਹ ਵੀ ਬਾਹਰ ਬਹਿ ਕੇ ਉਹ ਸੋਚਣ, ਅਤੇ ਇੱਥੋਂ ਦੇ ਜਿਹੜੇ ਗਰੀਬ ਲੋਕ ਨੇ ਉਹ ਕੰਮ ਕਰਨ, ਕੰਮ ਕਰਕੇ ਦੇਣ, ਆਪ ਹੀ ਵੀ ਖਾਣ, ਉਹ ਵੀ ਖਾਣ, ਸਾਰਿਆਂ ਦਾ ਚੁੱਲ੍ਹਾ ਨਾ ਚੁੱਲ੍ਹਾ ਚੱਲਦਾ ਰਹੇ। ਅਤੇ ਸਰ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੂੰ ਕੋਈ ਵੇਸਣ ਵਾਲਾ ਪਾਣੀ ਜਾਂ ਤੁਸੀਂ ਕੋਈ ਤੇਲ ਅਤੇ ਦਹੀਂ ਵੀ ਦਿੰਦੇ ਹੋ, ਉਹਦੇ ਬਾਰੇ 'ਚ ਥੋੜ੍ਹਾ ਦੱਸੋ ਨਾ ਕਿ ਅੱਜ ਕੱਲ੍ਹ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ, ਗਰਮੀਆਂ 'ਚ ਇਹਨਾਂ ਦੇ ਪਾਣੀ 'ਚ ਕੀ ਮਿਲਾਉਂਦੇ ਹੋ ਤੁਸੀਂ? ਦੇਖੋ ਵੇਸਣ ਮਿਲਾਉਣਾ ਚਾਹੀਦਾ, ਨਹੀਂ ਵੇਸਣ ਤਾਂ ਆਟਾ ਮਿਲਾ ਲਓ। ਜਿਸ ਤਰ੍ਹਾਂ ਕਿ ਵੇਸਣ ਹੁਣ ਕਾਫੀ ਮਹਿੰਗਾ, ਆਟਾ ਥੋੜ੍ਹਾ ਸਸਤਾ, ਨਿਮਕ ਪਾ ਕੇ ਵਿੱਚ, ਨਿਮਕ ਦਾ ਢੇਲਾ ਅੱਗੇ ਹੋਣਾ ਚਾਹੀਦਾ ਹਰ ਵੇਲੇ, ਤਾਂ ਕਿ ਚਟਨ ਖੂਬ ਆਪਣਾ ਕਰਨ। ਫਿਰ ਇਹਨਾਂ ਨੂੰ ਨਾ ਮੁਸ਼ਕ ਭੂਰ ਦੀਆਂ ਦੋ ਦੋ ਟਿੱਕੀਆਂ ਦੇਣੀਆਂ ਚਾਹੀਦੀਆਂ ਨੇ। ਕਈ ਲੋਕ ਨਾ ਟੀਕੇ ਲਾ ਦਿੰਦੇ ਨੇ, ਉਹ ਫਿਰ ਗੋਸ਼ਤ ਖਾਣ ਵਾਲਾ ਨਹੀਂ ਰਹਿੰਦਾ, ਉਹ ਮਜ਼ਾ ਨਹੀਂ ਆਉਂਦਾ, ਉਹ ਆਪਣੇ ਖਾਣ ਵਾਲਿਆਂ ਨਾਲ ਵੀ, ਆਪਣੇ ਮੁਲਕ ਨਾਲ ਵੀ ਉਹ ਅੱਛਾ ਨਹੀਂ। ਮੁਸ਼ਕ ਭੂਰ ਦੀਆਂ ਗੋਲੀਆਂ ਦੇਣ ਦਾ ਕੀ ਫਾਇਦਾ? ਉਹਦਾ ਫਾਇਦਾ ਹੈਗਾ ਕਿ ਜੇ ਇਹ ਜਿਹੜੇ ਗਰਮ ਹੋ ਜਾਂਦੇ ਨੇ ਇੱਕ ਦੂਸਰੇ ਨੂੰ ਤੰਗ ਕਰਦੇ ਨੇ, ਉਹ ਫਿਰ ਨਹੀਂ ਕਰਦੇ। ਅਤੇ ਜਿਹੜਾ ਵੇਸਣ ਵਾਲਾ ਪਾਣੀ ਹੈ ਉਹਦਾ ਕੋਈ ਫਾਇਦਾ ਦੱਸੋ? ਉਹਦਾ ਫਾਇਦਾ ਹੈ ਕਿ ਠੰਡ ਪਾਈ ਜਾਂਦੀ ਇਹਨਾਂ ਨੂੰ, ਠੰਡੇ ਰਹਿੰਦੇ ਨੇ, ਅਤੇ ਵੱਧਦੇ ਫੁੱਲਦੇ ਵੀ ਨੇ, ਇਹਨਾਂ ਦੀ ਨਸ ਨਸ 'ਚ ਪਾਣੀ ਚੱਲ ਜਾਂਦਾ। ਅਤੇ ਜਿਹੜਾ ਦਹੀਂ ਹੈ ਅਤੇ ਤੇਲ ਹੈ ਉਹ ਕਿਹੜੇ ਮੌਸਮ 'ਚ? ਦਹੀਂ ਅਤੇ ਤੇਲ ਹੈ, ਚਲੋ ਜਦੋਂ ਮਰਜ਼ੀ ਦੇ ਲਓ ਠੀਕ ਹੈ, ਲੇਕਿਨ ਸਰਦੀ ਦਾ ਮੌਸਮ ਜਦੋਂ ਬਹੁਤਾ ਹੈ ਉਦੋਂ ਨਾ ਦਿਓ, ਅਤੇ ਬਾਕੀ ਜਿਹੜਾ ਵੀ ਹੈ ਬਹਾਰ ਦਾ ਮੌਸਮ ਦੇ ਸਕਦੇ ਤੁਸੀਂ। ਉਹਦਾ ਕੀ ਫਾਇਦਾ? ਉਹਦਾ ਫਾਇਦਾ ਹੋਏਗਾ ਕਿ ਅੰਦਰ ਵੀ ਠੰਡਾ ਹੋ ਜਾਂਦਾ ਇਹਨਾਂ ਦਾ, ਗੋਸ਼ਤ ਵੀ ਜ਼ਿਆਦਾ ਬਣਾਉਂਦੇ ਨੇ, ਅਤੇ ਚਮਕ ਕੱਢ ਦਿੰਦਾ ਜਾਨਵਰ। ਉਹ ਕਿੰਨਾ ਕੁ ਦੇਣਾ ਚਾਹੀਦਾ ਦਹੀਂ ਅਤੇ ਤੇਲ? ਭਾ ਹੋਏ, ਜੇ ਦਹੀਂ ਨਾ ਹੋਏ ਤਾਂ ਲੱਸੀ ਵੀ ਹੋ ਜਾਵੇ ਤਾਂ ਵੀ ਠੀਕ ਹੈ, ਲੀਟਰ ਇੱਕ ਲੱਸੀ ਹੋ ਜਾਵੇ, ਅੱਧਾ ਲੀਟਰ ਹੋਈਏ। ਮਾਸ਼ਾਅੱਲਾ ਕਾਫੀ ਕੀਮਤੀ ਗੱਲਾਂ ਦੱਸ ਮਾਸ਼ਾਅੱਲਾ। ਦੇਖੋ ਹਮਨੇ ਤੋ ਦੀਆ ਜਲਾ ਕੇ ਰੱਖ ਦੀਆ, ਜਿਸ ਕਾ ਜੀ ਚਾਹੇ ਵੋ ਭਾਏ ਰੋਸ਼ਨੀ। ਇਹ ਅਸੀਂ ਦੀਵਾ ਬਾਲ ਦਿੱਤਾ ਵੇ ਕੈਪਟਨ ਸਾਹਿਬ ਹੁਣਾਂ, ਦੀਵਾ ਬਾਲ ਦਿੱਤਾ ਵੇ ਇਕਬਾਲ ਸਾਹਿਬ ਹੁਣਾਂ, ਹੁਣ ਰੋਸ਼ਨੀ ਪਾਉਣ ਵਾਲੇ ਰੋਸ਼ਨੀ ਪਾਉਣ ਮਾਸ਼ਾਅੱਲਾ। ਉਹਨਾਂ ਦੇ ਨਾਲ ਰਾਬਤਾ ਵੀ ਕਰਨ, ਉਹਨਾਂ ਦਾ ਸਕਰੀਨ 'ਤੇ ਨੰਬਰ ਵੀ ਚੱਲਦਾ ਪਿਆ, ਉਹਨਾਂ ਦੇ ਨਾਲ ਰਾਬਤਾ ਕਰਨ, ਉਹਨਾਂ ਕੋਲ ਮਜ਼ੀਦ ਮਸ਼ਵਰੇ ਲੈ ਸਕਦੇ ਨੇ, ਔਰ ਜਿਹੜਾ ਬੰਦਾ ਕੋਈ ਕੰਮ ਸ਼ੁਰੂ ਕਰਨਾ ਚਾਹੇ ਉਹਦੇ ਨਾਲ ਤਾਮਨ ਵੀ ਕਰਦੇ ਨੇ। ਜ਼ਿੰਦਾਬਾਦ ਸਰ। ਇਹ ਤੁਹਾਡਾ ਜਿਹੜਾ ਫਾਰਮ ਹੈ ਟੋਟਲ ਕਿੰਨੇ ਏਰੀਏ ਵਿੱਚ? ਦੋ ਕਨਾਲ 'ਚ ਜੀ, ਇੱਕ ਕਨਾਲ ਅਸੀਂ ਵਲਿਆ, ਇੱਕ ਕਨਾਲ ਨਾਲ ਰੱਖਿਆ, ਇਨਸ਼ਾਅੱਲਾ ਉਹਨੂੰ ਵੀ ਅਸੀਂ ਖੋਲ੍ਹ ਕੇ ਅਤੇ ਇਹਨਾਂ ਦੇ ਵਾਸਤੇ ਨਾ ਚੱਲਣ ਫਿਰਨ ਵਾਸਤੇ, ਨਾਲੇ ਅਸੀਂ ਅੱਗੋਂ ਇਹ ਕਰਨ ਲੱਗੇ ਹਾਂ ਕਿ ਇੱਕ ਫਲਾਗ ਸਾਡਾ ਤਿਆਰ ਹੋ ਜਾਵੇ, ਇੱਕ ਪਿੱਛੋਂ ਹੋਰ ਪਾ ਲਿਆ ਜਾਏ। ਯਾਨੀ ਮਾਸ਼ਾਅੱਲਾ ਕਾਮਯਾਬੀ ਤੁਹਾਨੂੰ ਹਾਸਲ ਹੋ ਗਈ, ਇਹ ਕੰਮ ਨੂੰ ਤੁਸੀਂ ਸਮਝ ਗਏ ਹੋ। ਥੋੜ੍ਹਾ ਮੈਂ ਸਰ ਪੁੱਛਾਂ ਦਾ, ਤੁਸੀਂ ਇਹ ਜਿਹੜੀ ਚਾਰਦੀਵਾਰੀ ਕੀਤੀ ਹੈ, ਬਲਾਕ ਇਸਤੇਮਾਲ ਕੀਤੇ ਨੇ ਕੁਛ ਲੋਕ, ਬਲਕਿ ਜ਼ਿਆਦਾਤਰ ਲੋਕ ਇੱਟਾਂ ਹੀ ਇਸਤੇਮਾਲ ਕਰਦੇ ਨੇ, ਬਲਾਕ ਵਾਲੀ ਜਿਹੜੀ ਚਾਰਦੀਵਾਰੀ ਮਜ਼ਬੂਤ ਹੈ? ਮਜ਼ਬੂਤ ਵੀ ਹੈ ਅਤੇ ਖਰਚਾ ਬਹੁਤ ਘੱਟ ਹੈ। ਕਿ ਕਿੰਨਾ ਖਰਚਾ ਦੇ ਤੇ? ਤਕਰੀਬਨ 40 ਤੋਂ 45 ਰੁਪਏ ਦਾ ਇੱਕ ਆਉਂਦਾ ਹੈ ਬਲਾਕ, ਬਲਾਕ 10 ਤੋਂ 12 ਇੱਟਾਂ ਇਹ ਯਾਨੀ ਕਿ ਕਵਰ ਕਰਦਾ ਹੈ, ਅਤੇ ਵੇਖੋ ਫਿਰ ਤੁਸੀਂ ਆਪੇ ਜੀ। ਇਹ ਜਿਹੜਾ ਤੁਸੀਂ ਸ਼ੈੱਡ ਬਣਾਇਆ, ਇੱਕ ਸ਼ੈੱਡ ਤੇ ਆਵੇ ਨਾ, ਇਹ ਇੱਕ ਨਾਲ ਦਾ ਸ਼ੈੱਡ ਹੈ, ਇੱਕ ਉਪਰਾਂ ਲੋਹੇ ਦਾ ਸ਼ੈੱਡ ਹੈ, ਯਾਨੀ ਟੋਟਲ 3 ਸ਼ੈੱਡ ਨੇ। ਇਹ ਜਿਹੜੇ ਸ਼ੈੱਡ ਨੇ ਇਹਨਾਂ ਦੇ ਮੁਤਲਕ ਦੱਸੋ, ਇਹਨਾਂ ਦੀ ਲੰਬਾਈ ਚੜਾਈ ਤੇ ਹਾਈਟ ਕਿੰਨੀ ਹੈ? ਇਹ ਇਹਨਾਂ ਦੀ ਨਾ ਇਸ ਸਾਈਡ ਤੋਂ 30 ਫੁੱਟ ਹੈ ਜੀ, ਇੱਕ ਦੀ। ਉਹ ਜਿਹੜਾ ਨਾਲ ਦਾ ਉਹਦੀ ਕਿੰਨੀ ਹੈ? ਉਹਦੀ ਵੀ ਨਹੀਂ, ਠੀਕ ਹੈ। ਇਹ ਲੰਬਾਈ ਇਹਨਾਂ ਦੀ 55-60 ਫੁੱਟ ਹੈ। ਅੱਛਾ, ਹਾਂਜੀ। ਤੇ ਇਹ ਜਿਹੜੀ ਹਾਈਟ ਹੈ,
ਇਹ 10 ਫੁੱਟ ਹੈ, ਉਹ 13 ਫੁੱਟ ਹੈ, ਉਹ 12 ਫੁੱਟ ਹੈ। ਇਹ ਜੀ 10 ਫੁੱਟ ਨਾਲ ਦੇ ਦੀ 13 ਫੁੱਟ ਇਹ ਕੀ ਵਜ੍ਹਾ ਉਹਦੀ ਜ਼ਿਆਦਾ ਕਿਉਂ ਰੱਖੀ ਹੈ? ਇਹਦੀ ਇਹਦੇ ਵਿੱਚੋਂ ਹਵਾ ਦੀ ਕਰਾਸਿੰਗ ਰੱਖੀ ਹੈ, ਉਹਦੇ ਉੱਪਰ ਨਾ ਹਵਾ ਦੀ ਕਰਾਸਿੰਗ ਰੱਖੀ ਹੈ ਤਾਂ ਕਿ ਕੋਈ ਗੈਸ ਵਗੈਰਾ ਨਾ ਹੋਏ, ਹਵਾ ਦੀ ਕਰਾਸਿੰਗ ਹੁੰਦੀ ਰਹੇ। ਦੋ ਸ਼ੈੱਡ ਤੁਸੀਂ ਲੈਂਟਰ ਪਾ ਕੇ, ਇੱਕ ਨਾ ਇੱਕ ਲੈਂਟਰ ਵਾਲਾ, ਇੱਕ ਸਲੈਪਾਂ ਵਾਲਾ, ਇੱਕ ਉਹ ਪਰਲੀ ਸਾਈਡ ਤੇ ਲੋਹੇ ਵਾਲਾ ਬਣਾਇਆ ਹੈ, ਇਹਦੇ 'ਚ ਕੀ ਕੋਈ ਸਾਇੰਸ ਲੜਾਈ 'ਚ? ਲੋਹੇ ਵਾਲਾ ਅਸੀਂ ਜਦੋਂ ਪਹਿਲੇ ਬਣਾਇਆ ਸੀ ਤਾਂ ਗਾਈਆਂ ਵਾਸਤੇ ਬਣਾਏ, ਨਾਲ ਪਾਊਡਰ ਗਾਈਆਂ ਰੱਖੀਆਂ ਹਨ, ਅਤੇ ਉਹ ਫਿਰ ਇਹ ਬਹੁਤਾ ਸਾਨੂੰ ਫਾਇਦਾ ਮਿਲਦਾ। ਜਦੋਂ ਜਾਨਵਰ ਤਿਆਰ ਹੋਈ ਜਾਂਦਾ 3 ਮਹੀਨੇ ਬਾਅਦ, 3 ਮਹੀਨੇ ਲੱਗਦੇ ਨੇ ਜਾਂ ਜ਼ਿਆਦਾ ਦਿਨ ਵੀ ਲੱਗਦੇ? 3 ਮਹੀਨੇ। ਕੁਛ ਲੋਕਾਂ ਦੇ 3 ਮਹੀਨੇ 'ਚ ਤਿਆਰ ਨਹੀਂ ਹੁੰਦੇ, ਉਹਦੀ ਕੀ ਵਜ੍ਹਾ ਹੁੰਦੀ ਹੈ? ਉਹ ਇਹ ਹੀ ਹੁੰਦੀ ਹੈ ਕਿ ਜਿਹੜੇ ਉਹਨਾਂ ਦੇ ਮੁਲਾਜ਼ਮੀਨ ਹੁੰਦੇ ਨੇ ਜਾਂ ਖੁਦ ਕਰਨ ਵਾਲੇ ਹੁੰਦੇ ਨੇ, ਉਹ ਦੇਖਭਾਲ ਨਹੀਂ ਕਰਦੇ ਅੱਛੇ ਤਰੀਕੇ ਨਾਲ, ਦੇਖਭਾਲ ਨਹੀਂ ਹੁੰਦੀ। ਅੱਛੀ ਦੇਖਭਾਲ ਕਰੀਏ ਤਾਂ ਫਿਰ ਹੀ ਕਾਮਯਾਬੀ। ਜਦੋਂ ਜਾਨਵਰ ਤਿਆਰ ਹੋਈ ਜਾਂਦਾ, ਇਹਨੂੰ ਸੇਲ ਕਿੱਥੇ ਕਰਨਾ ਚਾਹੀਦਾ? ਦੇਖੋ ਜਿੱਥੇ ਪੈਸੇ ਚੰਗੇ ਮਿਲਣ ਉੱਥੇ ਸੇਲ ਕਰ ਲਓ। ਤੁਸੀਂ ਪਹਿਲਾਂ ਜਿਹੜਾ ਫਲਾ ਕੇ ਤੁਸੀਂ ਕਹਿ ਰਹੇ ਹੋ ਕਿ ਇੱਥੇ ਹੀ ਕੀਤਾ ਸੀ ਸੇਲ, ਐਤਕੀ ਤੁਹਾਡਾ ਜ਼ਿਹਨ ਬਣਿਆ ਸਲਾਟਰ ਹਾਊਸ 'ਚ ਲੈ ਕੇ ਜਾਣ 'ਤੇ, ਤੁਹਾਡਾ ਜ਼ਿਹਨ ਫਿਰ ਕਿਉਂ ਚੇਂਜ ਹੋਇਆ, ਇੱਥੇ ਕਿਉਂ ਨਹੀਂ ਕਰਦੇ ਪਏ ਹੁਣ? ਇੱਥੇ ਤਾਂ ਨਹੀਂ ਹੋਇਆ ਕਿਉਂਕਿ ਜਿੱਥੇ ਸਾਨੂੰ ਇੱਥੇ ਰੇਟ ਵੀ ਘੱਟ ਮਿਲਿਆ ਸੀ, ਦੂਸਰਾ ਉਹ ਅਸੀਂ ਮੁਲਾਜ਼ਮ 2 ਰੱਖੇ ਸਨ ਭਾਈ, ਉਹਨਾਂ ਨੇ ਕੁਝ ਦੋਂਦੇ ਵੀ ਵੱਛੇ ਵੀ ਜ਼ਬਾ ਕਰਾ ਦਿੱਤੇ, ਇਸ ਵਜ੍ਹਾ ਤੋਂ ਕਰਕੇ ਫਿਰ ਸਾਨੂੰ ਨਾ ਥੋੜ੍ਹਾ ਜਿਹਾ ਅਸੀਂ ਇਕੱਠੇ ਜਾ ਕੇ ਦੇ ਆਉਣ ਇਹਨਾਂ ਤੱਕ, ਫਿਰ ਆਪਣੀ ਫੈਮਿਲੀ ਲੈ ਫਿਰ ਜਾ ਕੇ ਇਕੱਠੇ ਲੈ ਆਵਾਂ। ਅਤੇ ਕਿੱਥੇ ਰਾਬਤਾ ਹੋਇਆ, ਕਿੱਥੇ ਇਹਨਾਂ ਨੂੰ ਸੇਲ ਕਰਨਾ? ਲਾਹੌਰ। ਅਤੇ ਉਹਨਾਂ ਦਾ ਕੀ ਕੋਈ ਰੇਟ ਚੱਲਦਾ ਪਿਆ, ਕੋਈ ਤੈਅ ਹੋ ਗਿਆ ਕਿ ਹਲੇ ਤੈਅ ਕਰਨਾ? ਨਹੀਂ, ਇਸਲੇ ਤਾਂ ਤੈਅ ਹੋ ਹੀ ਗਿਆ 480 ਰੁਪਏ, 70 ਰੁਪਏ ਇਹ ਗੋਸ਼ਤ ਦਾ ਜੀ। ਮਾਸ਼ਾਅੱਲਾ ਰੇਟ ਹੀ ਨਹੀਂ ਅੱਛਾ ਹੀ ਮਿਲ ਗਿਆ, ਬਹੁਤ ਅੱਛਾ। ਅਤੇ ਤੁਹਾਡੇ ਕੁਛ ਜਾਨਵਰ ਈਦ ਵਾਸਤੇ ਵੀ, ਅਗਰ ਕੋਈ ਦੋਸਤ ਲੈਣਾ ਚਾਹੀਦਾ ਰਾਬਤਾ ਕਰ ਸਕਦਾ? ਬਿਲਕੁਲ ਲੈਣਾ ਚਾਹੇ ਕਰ ਸਕਦਾ, ਔਰ ਈਦ ਵਾਲੇ ਦੋਨੇ ਬੱਚੇ ਸਾਨੂੰ ਦੇਣਾ ਚਾਹੇ ਉਹ ਵੀ ਰਾਬਤਾ ਕਰ ਸਕਦਾ, ਜਿਹੜਾ ਸਾਡੇ ਕੋਲ ਲੈਣਾ ਚਾਹੇ ਉਹ ਵੀ ਰਾਬਤਾ ਕਰ ਸਕਦਾ। ਜਿਹੜਾ ਰੇਟ ਹੈ ਪਰ ਕੇ ਜੀ, ਉਹ ਤਾਂ ਦੱਸਿਆ ਸੀ ਕਿ 180-190 ਰੁਪਏ ਲਾਈਵ ਜਿਹੜਾ ਵੇਟ ਹੈ ਉਹਦੇ ਹਿਸਾਬ ਨਾਲ ਮਿਲਦੇ ਨੇ। ਜੇ ਤੁਸੀਂ ਵੱਛਾ ਲੈਂਦੇ ਹੋ ਉਦੋਂ ਦਾ ਕਿੰਨਾ ਕੁ ਵਜ਼ਨ ਹੁੰਦਾ ਅਤੇ ਉਹਨੂੰ ਖਰੀਦਦੇ ਹੋ? ਉਦੋਂ ਤਕਰੀਬਨ ਨਾ ਕੋਈ 36-37 ਹਜ਼ਾਰ ਤੱਕ ਬਣ ਜਾਂਦਾ ਫੀ ਵੱਛਾ। ਫੀ ਵੱਛਾ ਯਾਨੀ 35 ਹਜ਼ਾਰ ਹੀ ਤੁਸੀਂ ਲਾ ਲਓ, 15 ਹਜ਼ਾਰ ਉਹਦੀ ਤਿਆਰੀ ਤੇ 3 ਮਹੀਨੇ 'ਚ, ਯਾਨੀ ਕਿ ਟੋਟਲ ਤੁਹਾਨੂੰ ਵੱਛਾ ਪੈ ਗਿਆ ਕੋਈ 50 ਹਜ਼ਾਰ ਦਾ। ਜਿਹੜਾ ਵੱਛਾ ਤੁਹਾਨੂੰ 50 ਹਜ਼ਾਰ ਦਾ ਪੈਂਦਾ, 3 ਮਹੀਨੇ ਬਾਅਦ ਕਿੰਨੇ ਦਾ ਸੇਲ ਹੋਈ ਜਾਂਦਾ? 60-62 ਹਜ਼ਾਰ ਰੁਪਏ। ਫੀ ਵੱਛਾ ਕਿੰਨੀ ਬੱਚਤ ਦੇ ਜਾਂਦਾ? 10-12 ਹਜ਼ਾਰ ਰੁਪਏ। ਮਾਸ਼ਾਅੱਲਾ ਸਰ, ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਕੋਈ ਐਸਾ ਅਹਿਮ ਸਵਾਲ ਜਿਹੜਾ ਰਹਿ ਗਿਆ ਹੋਏ ਤੁਹਾਡੇ ਕਾਰੋਬਾਰ ਦੇ ਮੁਤਲਕ ਮੈਂ ਨਹੀਂ ਪੁੱਛਿਆ, ਜਾਂ ਜਿਹੜੇ ਦੋਸਤ ਹੈ ਵੀਡੀਓ ਵੇਖਦੇ ਨੇ ਪਏ ਉਹਨਾਂ ਦਾ ਜ਼ਿਹਨ ਹੈ ਵੱਛਾ ਫਾਰਮ ਸ਼ੁਰੂ ਕਰਨਾ, ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮੁਹਲਸ ਮਸ਼ਵਰਾ? ਦੇਖੋ ਜੀ, ਗੱਲ ਹੈ ਵੇ ਇਹ ਆਪਣੇ ਜਿਹੜੇ ਬੰਦੇ ਕੰਮ ਕਰਨ ਵਾਲੇ ਨੇ ਉਹਨਾਂ ਨਾਲ ਪਿਆਰ ਮੁਹੱਬਤ ਨਾ ਰਹੋ, ਉਹਨਾਂ ਦਾ ਹੱਕ ਨਾ ਖਾਓ, ਤਾਂ ਉਹ ਵੀ ਬੰਦੇ ਨਾ ਉਹ ਹੱਕ ਨਾ ਖਾਣ, ਤਾਂ ਫਿਰ ਇਸ ਕੰਮ 'ਚ ਘਾਟਾ ਨਹੀਂ ਹੈ। ਇਹ ਸਾਡੇ ਭਾਈ ਹੋਰੇ ਨਾ ਮਾਰੋ ਕੈਮਰਾ ਨਾ ਵੀ ਆਓ ਸਰ, ਅਤੇ ਮੁਲਾਜ਼ਮ ਨੇ ਇਹ ਭਾਈ ਨੇ ਆਪਣੇ ਅੱਛਾ ਭਾਈ ਸਮਝਦੇ ਤੁਸੀਂ, ਮਾਸ਼ਾਅੱਲਾ। ਮੁਲਾਜ਼ਮ ਕੀ ਨਾਮ ਹੈ ਭਾਈ ਇਹਨਾਂ ਦਾ? ਅਬਦੁਲ ਮਾਲਿਕ। ਮਾਲਕ ਸਾਹਿਬ ਮਾਸ਼ਾਅੱਲਾ ਤੁਸੀਂ ਇੱਥੇ ਖੁਸ਼ ਹੋ ਜੀ? ਹਾਂ ਸਰ, ਖੁਸ਼ ਹੋ। ਤੇ ਆ ਜਿਹੜੇ ਮੁਲਾਜ਼ਮ ਫਾਰਮਾਂ ਤੇ ਨਹੀਂ ਟਿਕਦੇ ਹੋ, ਕੀ ਵਜ੍ਹਾ ਹੁੰਦੀ ਹੈ ਤੁਹਾਨੂੰ? ਤੇ ਨਹੀਂ ਕੋਈ ਇੱਥੇ ਕਮੀ ਪੇਸ਼ੀ ਹੈ? ਇੱਥੇ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਹੈ। ਤੇ ਮੁਲਾਜ਼ਮ ਕਿੰਜ ਖੁਸ਼ ਰਹਿੰਦਾ ਮਾਸ਼ਾਅੱਲਾ ਤੁਸੀਂ ਇੱਥੇ ਖੁਸ਼ ਹੋ? ਮੁਲਾਜ਼ਮ ਤਾਂ ਹੀ ਖੁਸ਼ ਰਹਿੰਦਾ, ਉਹਨੂੰ ਹਰ ਚੀਜ਼ ਟਾਈਮ ਨਹੀਂ ਮਿਲੀ ਜਾਵੇ, ਤਨਖਾਹ ਟਾਈਮ ਨਹੀਂ ਮਿਲੀ ਜਾਵੇ, ਨਾਲੇ ਉਹਨਾਂ ਰਹਿਣ ਸਹਿਣ ਅੱਛਾ, ਤਾਂ ਹੀ ਖੁਸ਼ ਰਹਿੰਦਾ।